ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਨੂੰ ਇਹ ਪ੍ਰਚਾਰ ਮੱਧ ਪ੍ਰਦੇਸ਼ 'ਚ ਜਾ ਕੇ ਕਰਨਾ ਚਾਹੀਦਾ ਸੀ, ਆਂਧਰਾ 'ਚ ਜਾ ਕੇ ਕਰਨਾ ਚਾਹੀਦਾ ਸੀਗਾ, ਜਿਹੜੀ ਸਾਡੀ ਬੋਲੀ ਹੈ ਅਸੀਂ ਵੀ ਦੱਖਣ ਭਾਰਤ ਵਿੱਚ ਪ੍ਰਚਾਰ ਕਰ ਸਕੀਏ ਜਾਂ ਦੂਸਰੇ ਦੇਸ਼ਾਂ ਵਿੱਚ ਪ੍ਰਚਾਰ ਕਰ ਸਕੀਏ। ਪੰਜਾਬ 'ਚ ਰਹਿੰਦੇ ਹੋਏ ਸਾਡੇ ਬੱਚਿਆਂ ਨੂੰ ਸਾਨੂੰ 35 ਸਿਖਾਉਣੀ ਪੈ ਰਹੀ ਹੈ। ਜੇਕਰ ਬੱਚਿਆਂ ਨੂੰ ਅਸੀਂ ਕਹਿੰਦੇ ਕਿ ਊੜਾੜਾ ਸੁਣਾ ਦਿਓ ਤਾਂ ਉਹ ਹਾਏ 'ਤੇ ਜਾ ਕੇ ਰੁਕ ਜਾਂਦੇ ਆ, ਜੇਕਰ ABC ਕਹਿੰਦੇ ਆ ਤਾਂ ਉਹ ਜੈੱਡ 'ਤੇ ਜਾ ਕੇ ਰੁਕਦੇ ਆ। ਸਿਰਫ 10 ਸਕਿੰਟਾਂ 'ਚੋਂ ਪੂਰੀ 35 ਸੁਣਾ ਜਿਹੜੀ ਅੰਗਰੇਜ਼ੀ ਦੇ ਅੱਖਰ ਨੇ ਉਹ ਸੁਣਾ ਆਉਂਦੇ ਆ। ਇਸੇ ਕਰਕੇ ਅੱਜ 21 ਫਰਵਰੀ ਵਾਲੇ ਦਿਨ ਜਦੋਂ ਚੀਨ ਵਾਲੇ, ਰੂਸ ਵਾਲੇ, ਜਾਪਾਨ ਵਾਲੇ ਆਪਣੀ ਮਾਂ ਬੋਲੀ ਲਈ ਅੱਜ ਕਾਰਜ ਕਰ ਰਹੇ ਆ ਤਾਂ ਫਿਰ ਪੰਜਾਬੀ ਸੁੱਤੇ ਨਾ ਰਹਿ ਜਾਣੇ। ਇਸ ਕਰਕੇ ਅਸੀਂ ਆਪਣੇ ਜ਼ਿਲ੍ਹੇ 'ਚ ਇਹ ਪ੍ਰਦਰਸ਼ਨੀ ਲਗਾਉਣ ਦੀ ਕੋਸ਼ਿਸ਼ ਕੀਤੀ ਆ। ਜਿੰਨੇ ਪੰਜਾਬ 'ਚ ਜਿਹੜੀ ਹਵਾ ਗਈ ਉਦੋਂ ਉਲਟ ਹਵਾ ਚੱਲਦੀ ਆ ਉੱਥੇ, ਉੱਥੇ ਕਹਿ ਲਈਏ ਕਿ ਪੰਜਾਬੀ ਪ੍ਰਤੀ ਚਿੰਤਤ ਨੇ। ਅਮਰੀਕਾ ਦੇ, ਨਿਊਯਾਰਕ ਦੇ, ਇੰਗਲੈਂਡ ਦੇ, ਕੈਨੇਡਾ ਦੇ, ਦੁਬਈ ਦੇ ਵਿੱਚ ਸਕੂਲ ਚੱਲਦੇ ਨੇ ਪੰਜਾਬੀ ਦੇ, ਵਿਸ਼ੇਸ਼ ਤੌਰ 'ਤੇ ਸਕੂਲ ਚੱਲ ਪਏ ਆ ਜਿੱਥੇ ਅਸੀਂ ਕਹਿ ਲਈ ਕਿ ਬੱਚਿਆਂ ਨੂੰ ਉੱਥੇ ਖਾਸ ਤੌਰ 'ਤੇ ਪੰਜਾਬੀ ਦੇ ਅਧਿਆਪਕ ਰੱਖੇ ਗਏ ਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜਗਬਾਣੀ TV ਤੇ, ਮੈਂ ਪਰਮਦੀਪ ਰਾਣਾ। ਕਹਿੰਦੇ ਪੰਜਾਬੀ ਮੇਰੇ ਕਣ ਕਣ ਵਿੱਚ ਮੌਜੂਦ ਵੇ, ਅਤੇ ਜੇ ਪੰਜਾਬ ਦੇ ਵਿੱਚ ਰਹਿੰਦੇ ਪੰਜਾਬੀ ਨਾ ਬੋਲੀ ਫਿਰ ਤੇਰਾ ਕਾਹਦਾ ਵਜੂਦ ਵੇ। ਪੰਜਾਬੀ ਮਾਂ ਬੋਲੀ ਦਿਵਸ ਹੈ ਅੱਜ, ਅਤੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਲਾਜ਼ਮੀ ਕਰਨ ਦੇ ਲਈ ਸਰਕਾਰ ਵੀ ਬੜੀ ਚਿੰਤਿਤ ਹੈ, ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਪੰਜਾਬੀ ਬੋਲੀ ਜਿਹੜੀ ਹੈ ਉਹ ਲਗਾਤਾਰ ਵਿਸਰ ਰਹੀ ਹੈ, ਅਤੇ ਸਕੂਲਾਂ ਕਾਲਜਾਂ ਦੇ ਵਿੱਚ ਬੋਰਡ ਵੀ ਜਿਹੜੇ ਅੰਗਰੇਜ਼ੀ 'ਚ ਹੋਏ ਸੀ ਤਾਂ ਫਿਰ ਤੋਂ ਪੰਜਾਬ ਸਰਕਾਰ ਨੇ ਪਹਿਲ ਕੀਤੀ ਹੈ। ਪਰ ਜੋ ਨੌਜਵਾਨ ਸਾਡੇ ਨਾਲ ਅੱਜ ਮੌਜੂਦ ਹੈ ਉਸਨੇ ਲਗਾਤਾਰ ਪੰਜਾਬੀ ਦੇ ਲਈ ਚਿੰਤਿਤ ਹੈ, ਅਤੇ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬੜੇ ਬਹੁਤ ਸਾਰੇ ਉਪਰਾਲੇ ਕੀਤੇ ਨੇ। ਗੱਲਬਾਤ ਕਰਦੇ ਹਾਂ, ਪਹਿਲਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਇੱਕ ਵਾਰ, ਜੋ ਪ੍ਰਦਰਸ਼ਨੀ ਅੱਜ ਮਾਨਸਾ ਦੇ ਬੱਸ ਸਟੈਂਡ ਦੇ ਵਿੱਚ ਲੱਗੀ ਹੈ 35 ਅੱਖਰੀ, ਅਤੇ ਉਸ ਤੋਂ ਬਾਅਦ ਜਿੰਨੇ ਵੀ ਤੁਸੀਂ ਇੱਥੇ ਸਾਜੋ ਸਮਾਨ ਜਿੰਨਾ ਵੀ ਪਿਆ ਹੈ ਉਹ ਸਭ ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧਿਤ ਹੈ। ਸਾਡੇ ਨਾਲ ਤਜਿੰਦਰ ਸਿੰਘ ਖਾਲਸਾ ਹੈ, ਗੱਲਬਾਤ ਕਰਦੇ ਹਾਂ। ਤਜਿੰਦਰ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਪੰਜਾਬੀ ਮਾਂ ਬੋਲੀ ਨੂੰ ਲੈ ਕੇ। ਸਤਿ ਸ਼੍ਰੀ ਅਕਾਲ ਤਜਿੰਦਰ। ਸਤਿ ਸ਼੍ਰੀ ਅਕਾਲ ਜੀ, ਜਗਬਾਣੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ, ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਜਿੰਦਰ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਵੀ ਅੱਜ ਪੰਜਾਬੀ ਮਾਂ ਬੋਲੀ ਦਿਵਸ ਹੈ, ਅਤੇ ਪੰਜਾਬ ਦੇ ਵਿੱਚ ਹੀ ਪੰਜਾਬੀ ਮਾਂ ਬੋਲੀ ਦਾ ਪ੍ਰਦਰਸ਼ਨ ਕਰਨਾ ਪੈ ਰਿਹਾ। ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਨੂੰ ਇਹ ਪ੍ਰਚਾਰ ਮੱਧ ਪ੍ਰਦੇਸ਼ 'ਚ ਜਾ ਕੇ ਕਰਨਾ ਚਾਹੀਦਾ ਸੀ, ਆਂਧਰਾ 'ਚ ਜਾ ਕੇ ਕਰਨਾ ਚਾਹੀਦਾ ਸੀਗਾ, ਜਿਹੜੀ ਸਾਡੀ ਬੋਲੀ ਹੈ ਅਸੀਂ ਵੀ ਦੱਖਣ ਭਾਰਤ ਵਿੱਚ ਪ੍ਰਚਾਰ ਕਰ ਸਕੀਏ ਜਾਂ ਦੂਸਰੇ ਦੇਸ਼ਾਂ ਵਿੱਚ ਪ੍ਰਚਾਰ ਕਰ ਸਕੀਏ। ਪਰ ਹਵਾ ਦੇ ਬੁੱਲੇ ਅਜਿਹੇ ਚੱਲ ਰਿਹਾ, ਗਰਮ ਹਵਾ ਦੇ ਬੁੱਲੇ ਅਜਿਹੇ ਚੱਲ ਰਿਹਾ ਕਿ ਪੰਜਾਬ 'ਚ ਰਹਿੰਦੇ ਹੋਏ ਸਾਡੇ ਬੱਚਿਆਂ ਨੂੰ ਸਾਨੂੰ 35 ਸਿਖਾਉਣੀ ਪੈ ਰਹੀ ਹੈ। ਜੇਕਰ ਬੱਚਿਆਂ ਨੂੰ ਅਸੀਂ ਕਹਿੰਦੇ ਕਿ ਊੜਾੜਾ ਸੁਣਾ ਦਿਓ ਤਾਂ ਉਹ ਹਾਏ 'ਤੇ ਜਾ ਕੇ ਰੁਕ ਜਾਂਦੇ ਆ, ਜੇਕਰ ABC ਕਹਿੰਦੇ ਆ ਤਾਂ ਉਹ ਜੈੱਡ 'ਤੇ ਜਾ ਕੇ ਰੁਕਦੇ ਆ। ਸਿਰਫ 10 ਸਕਿੰਟਾਂ 'ਚੋਂ ਪੂਰੀ 35 ਸੁਣਾ ਜਿਹੜੀ ਅੰਗਰੇਜ਼ੀ ਦੇ ਅੱਖਰ ਨੇ ਉਹ ਸੁਣਾ ਆਉਂਦੇ ਆ। ਸੋ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਨੂੰ ਪੰਜਾਬ 'ਚ ਰਹਿੰਦੇ ਹੋਏ ਪਹਿਲਾਂ ਪੰਜਾਬੀ ਪੱਕੀ ਹਵਾ ਪੈਦਾ ਕਰਨੀ ਪੈ ਰਹੀ ਹੈ, ਸਰਕਾਰਾਂ ਨੂੰ ਚਿੰਤਤ ਹੋਣਾ ਪੈ ਰਿਹਾ, ਯੂਨੈਸਕੋ ਦੀਆਂ ਰਿਪੋਰਟਾਂ ਕੋਈ ਚੰਗੀਆਂ ਖਬਰਾਂ ਨਹੀਂ ਦੇ ਰਹੀਆਂ। ਸੋ ਇਸੇ ਕਰਕੇ ਅੱਜ 21 ਫਰਵਰੀ ਵਾਲੇ ਦਿਨ ਜਦੋਂ ਚੀਨ ਵਾਲੇ, ਰੂਸ ਵਾਲੇ, ਜਾਪਾਨ ਵਾਲੇ ਆਪਣੀ ਮਾਂ ਬੋਲੀ ਲਈ ਅੱਜ ਕਾਰਜ ਕਰ ਰਹੇ ਆ, ਤਾਂ ਫਿਰ ਪੰਜਾਬੀ ਸੁੱਤੇ ਨਾ ਰਹਿ ਜਾਣੇ। ਇਸ ਕਰਕੇ ਅਸੀਂ ਆਪਣੇ ਜ਼ਿਲ੍ਹੇ 'ਚ ਇਹ ਪ੍ਰਦਰਸ਼ਨੀ ਲਗਾਉਣ ਦੀ ਕੋਸ਼ਿਸ਼ ਕੀਤੀ ਆ। ਤਜਿੰਦਰ, ਤੁਸੀਂ ਕਦੋਂ ਤੋਂ ਇਹ ਉਪਰਾਲਾ ਕਰ ਰਹੇ ਹੋ, ਪਹਿਲਾਂ ਦਰਸ਼ਕਾਂ ਨੂੰ ਉਹ ਵੀ ਦੱਸ ਦਿਓ, ਕਿਉਂਕਿ ਲਗਾਤਾਰ ਜਿਹੜੀ ਤੁਸੀਂ ਪਹਿਲਕਦਮੀ ਕਰਦੇ ਹੋ ਪੰਜਾਬੀ ਨੂੰ ਲੈ ਕੇ, ਕਦੋਂ ਤੋਂ ਜਿਹੜੀ ਸ਼ੁਰੂਆਤ ਕੀਤੀ? ਅਸੀਂ ਇਹ 4 ਮਾਰਚ 2003 ਤੋਂ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਵਿੱਚ ਅਸੀਂ ਸਕੂਲਾਂ ਵਿੱਚ ਜਾ ਕੇ, ਨੇੜੇ ਨੇੜੇ ਦੇ ਸਕੂਲਾਂ ਵਿੱਚ ਜਾ ਕੇ ਪੰਜਾਬੀ ਦੀਆਂ ਜਮਾਤਾਂ ਲਾਉਂਦੇ, ਪੰਜਾਬੀ ਸੋਹਣੀ ਅਤੇ ਸ਼ੁੱਧ ਲਿਖਾਈ ਕਿਸ ਤਰ੍ਹਾਂ ਲਿਖੀਏ, ਉਸ ਦੇ ਤਹਿਤ ਹਰ ਸਾਲ ਇੱਕ ਸਾਈਕਲ ਯਾਤਰਾ ਰਹਿੰਦੀ ਹੈ, ਜਿਸ ਵਿੱਚ ਪੂਰਾ ਪੰਜਾਬ ਸਾਈਕਲ 'ਤੇ ਜਾ ਕੇ ਜਿੰਨੇ ਵੀ ਸਕੂਲ ਆਉਂਦੇ ਰਸਤੇ ਵਿੱਚ ਉਹਨਾਂ ਵਿੱਚ ਪੰਜਾਬੀ ਸੋਹਣੀ ਅਤੇ ਸ਼ੁੱਧ ਕਿਵੇਂ ਲਿਖੀਏ, ਅਤੇ ਮਹਾਰਨੀ ਵੰਡੀ ਜਾਂਦੀ ਹੈ, ਇੱਥੋਂ ਤੱਕ ਕਿ ਸੱਥਾਂ ਵਿੱਚ ਰੁਕਿਆ ਜਾਂਦਾ, ਅਤੇ ਨੌਜਵਾਨਾਂ ਨੂੰ ਇਕੱਤਰ ਕੀਤਾ ਜਾਂਦਾ ਕਿ ਆਪੋ ਆਓ ਆਪਣੀ ਮਾਂ ਬੋਲੀ ਦੇ ਲਈ, ਚੜ੍ਹਦੀ ਕਲਾ ਲਈ ਕਾਰਜ ਕਰੀਏ। ਇਹਨਾਂ ਕਾਰਜਾਂ ਨੂੰ ਸ਼ੁਰੂ ਕੀਤੇ ਹੋਏ 20 ਸਾਲ ਹੋ ਚੁੱਕੇ ਆ। ਸੋ ਇਸ ਦੇ ਤਹਿਤ ਅਸੀਂ ਦੂਸਰੇ ਸੂਬਿਆਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਿੱਥੇ ਜਿੱਥੇ ਵੀ ਪੰਜਾਬੀ ਵੱਸਦਾ ਜਾਂ ਪੰਜਾਬੀ ਹੋਕਾ ਦਿੰਦਾ, ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੀਦੀ ਹੈ। ਤਜਿੰਦਰ, 20 ਸਾਲ ਹੋ ਗਏ ਇੱਕੋ ਹੀ ਲਹਿਰ ਦੇ ਵਿੱਚ ਲੱਗੇ ਹੋਏ ਹੋ, ਕਿੰਨਾ ਕੁ ਜਿਹੜਾ ਫਰਕ ਲੱਗਿਆ, ਕਿੰਨੀ ਕੁ ਸੋਧ ਲੱਗਦੀ ਆ ਉਹ 20 ਸਾਲਾਂ ਦੇ ਅੰਤਰਾਲ? ਬਿਲਕੁਲ ਅਜਿਹਾ ਹੁੰਦਾ ਕਿ ਜੇਕਰ ਹਰ ਪੰਜਾਬੀ ਆਪਣੇ ਤੌਰ 'ਤੇ ਪ੍ਰਚਾਰਕ ਹੈ, ਜੇਕਰ ਅਸੀਂ ਘਰਾਂ ਦੇ ਵਿੱਚ ਆਪਣੀ ਪੰਜਾਬੀ ਬੋਲੀ ਦੇ ਲਈ ਚਿੰਤਿਤ ਹੋਈਏ ਤਾਂ ਇਹ ਪੰਜਾਬੀ ਪੱਖੀ ਹਵਾ ਦਿਨਾਂ ਵਿੱਚ ਚੱਲ ਸਕਦੀ ਹੈ। ਪਰ ਜੇਕਰ ਕੋਈ ਵਿਰਲਾ ਪੰਜਾਬੀ ਦੇ ਪ੍ਰਚਾਰ ਲਈ ਫਿਰੇਗਾ ਤਾਂ ਬਹੁਤ ਸਮਾਂ ਲੱਗੇਗਾ। ਕਹਿ ਲਈਏ ਕਿ ਜਦੋਂ ਅਸੀਂ ਸਕੂਲਾਂ ਵਿੱਚ ਜਾਂਦੇ ਹਾਂ ਤਾਂ ਜਿਹੜੇ ਮੁੱਖ ਅਧਿਆਪਕ ਨੇ ਉਹ
अपने अध्यापकों भी नाल बिठाते हैं, वह कहते हैं कि साडे बच्चों को इन्होंने सदा रहना, तजिंदर सिंह दो घंटे ले आएगा, चार घंटे ले आएगा, उदू बाद जो नुकते अध्यापक अपने तौर पर सांझे करके अगे बच्चों रेंदी उम्र तक वंड सकन। उस दे तहत सानू बहुत वधिया हुंगारा मिलिया। असीं जदों माझे च जाने मालवे च जाने जां पुआध दे विच जाने तो उत्थे सानू बहुत वड्डा हुंगारा मिलदा ते उहदे नतीजे भी बहुत मिलते हैं। जदों असीं 5 महीने बाद 6 महीने बाद सानू सोशल मीडिया दे तस्वीरां उन्हां स्कूलां दीआं आउंदीआं कि भी इतने साडे बच्चों की लिखाई दे विच सुधार होया, इतने साडे शुद्धता दे विच सुधार होया, इतने साडे बच्चे बिंदी टिप्पी सिहारी बिहारी बारे पूरी चंगी तरह जाणू हो चुके आ। अज भी बहुत मतलब जे गल करिए पंजाब दे विच अजिही तादाद है लोगों की जिन्हों ऊड़ा आड़ा भी नहीं आता, 35 भी नहीं। बिल्कुल कह लिए कि जेकर तुसीं इस बस अड्डे दे विच भी मैक मूहरे करते जाओ तो सारे जाने कहेंगे कि बई जरे ये सवाल ना पुछ, क्योंकि उन्होंने लगता है कि भी मैं तो यह कहना चाहता कि फ्रांस च नहीं फिर रहे, इटली च नहीं फिर रहे, जेकर पंजाब च रहिंदे होए सानू अपनी माँ बोली दे मुढ़ले अक्षर ही नहीं आ रहे तो बहुत दुख की गल है। जेकर उन्होंने कोई मुहावरा पुछेंगे तो बहुत वड्डी गल है, जेकर हाहे तो बाद तुसी कक्का खक्खा कग्गा ये अक्षर सारे भुल जाते हैं। सो मेरी बेनती ये रहिंदी है, मेरी जिहड़ी ये प्रचार का जिहड़ा मुढ़ला तरीका है उहदे विच 35 अक्षर रखे गए कि असीं 35 का प्रचार कर सकीए, उसकी कोशिश लगातार जारी है। अच्छा तजिंदर, सरकार ने भी पहल की है लगातार बोर्ड दे फ्लैक्स मतलब पंजाब सरकार वालों पहलकदमी की है भी बोर्ड बदले जाण, पंजाबी नू लागू किया जाए दफ्तर दे विच, भी लगता कुछ फर्क उहदे नाल? कुछ कुछ जगह फर्क पिया, असीं वड्डे अदारियां दी तस्वीरां सोशल मीडिया देख रहे हैं कि वह पंजाबी का प्रचार जिहड़ी ताकतीआं उन्होंने बदल लईआं ने, पर पंजाबी अपने तौर पर भी चिंतित नहीं हैं। सरकार ने पहल कर दी है कि 21 फरवरी तक पंजाबी माँ बोली दीआं ताकतीआं कर दित्तीआं जाण। हुण जिहड़ी गेंद सी उह साडे पल्ले च आ गई ते सानू कोशिश चाहिए सी कि भी असी पंजाबी दी तख्तियां करिए। मानसा जिहड़ा इलाका गा उह ठेठ पंजाबी नाल जुड़िया होया गा, ते इत्थे असी जदों बाजार विच जांदे आ तां बहुतियां तख्तियां पंजाबी विच देखण नूं मिलदियां ने, पर जदों असी लुधियाणा जांदे आ, जलंधर च जांदे आ, हुशियारपुर च जांदे आ तां उत्थे सानू देखण नूं मिलदा कि उह ते हिंदी ते अंग्रेजी दे विच जिहड़ी तख्तियां ने, तां उहनां दा नतीजा हजे देखण नूं मिल नहीं रिहा। मैं बेनती करूँगा सारे साडे पंजाबियों नूं कि आउण वाले 5-7 दिनां दे अंदर ये तख्तियां पंजाबी च कर लिया जाण, दूसरिया भाषावां भी लिख लो, तो साडा किसी दूसरी भाषा नाल बैर नहीं आ, सारिया भाषावां माण दा हकदार ने, पर अपनी माँ बोली नूं एक पहल दे आधार ते जरूर लिखो। विदेशों भी गए हो, प्रचार भी किया, तो उत्थे किन्ने क लोग पंजाबी ने जिहड़े चिंतित ने पंजाब दे इस विषय नूं लैके? जिन्ने पंजाब च जिहड़ी हवा गई उदों उल्ट हवा चलदी, उत्थे कह लईए कि पंजाबी प्रति चिंतित ने। अमरीका दे, न्यूयॉर्क दे, इंग्लैंड दे, कनेडा दे, दुबई दे विच स्कूल चलते हैं पंजाबी दे, विशेष तौर पर स्कूल चल पे है, जिथे असीं कह लई कि बच्चे नूं उत्थे खास तौर पर पंजाबी दे अध्यापक रखे गए, तो इत्थों मैं खुद भी कोशिश करदा कि सोशल मीडिया के जरिए असीं बच्चों नूं पढ़ाने की कोशिश करते हैं, तो उधर हवावां बहुत वधिया चलदियां ने, तो वह इधरले प्रति चिंतित ने कि जिथे गुरमुखी का जन्म होया उत्थे हवावां ठीक नहीं चल रही। तजिंदर, पूरा परिवार पंजाबी माँ बोली दे लेखे ला रखे, फिर कितों मतलब इनकम सोर्स की रहिंदा है? मेरे घर दे एम ए इंग्लिश ने, मैं हिस्ट्री पोल साइंस ते राजनीति शास्त्र ते पंजाबी दी एम ए की हुई है। असी एक घर गुरु गोबिंद सिंह ट्यूशन अकैडमी खोली हुई है, जिस दे विच असी रोजाना बच्चों नूं जिहड़े मानसा दे शहरी आउंदे उन्हां नूं पढ़ाउण की कोशिश करते हैं, तो वह साडी किरत दा साधन रहा है। तो उस तो इलावा असी कोशिश करते हैं कि जिहड़ा साडे कोल वाधू समय उस दे विच असी इलाके दे विच वख-वख इलाकों दे विच जाके पंजाबी दा प्रचार कर सकीए। पंजाब दे विच अजिहा की करना पऊगा जे कह सकदे आ वी पंजाब दे मुख्यमंत्री तक भी इह जिहड़ी अडवाइस कह सकदे आ वी तुसीं भी बहुत सारा उपराला कीता, बहुत लंबे समय तों लगे हो, इहो जी की अडवाइस देनी पऊगी जिस नाल पंजाबी जिहड़ी है मुढ तों ते मतलब प्रॉपर तरीके नाल लागू कीती जा सके? इकल्ली सरकार ते नहीं रहेगा, समाज नूं भी उन्ना ही हिस्सा पाउणा पऊगा। मेरी सरकार नूं भी बेनती है कि जिहड़ा तुसीं जिन्ने भी हुक्म जारी करदे हो एक जमीन ते लागू होण, जे कह लईए जिहड़ी 21 फरवरी दीआं ताकतीआं ने इन्हां नूं कह लईए हुण कानून दे सहारे चाहे लागू कराउणा पवे, पर उहनूं लागू कराया जावे तां कि पता लगे कि जिहड़े अगले कानून आउणगे उह भी जमीनी तौर पर लागू होणगे। तो समाज नूं भी बेनती है कि जेकर असीं निजी स्कूलों च अपने बच्चे लाउणे आ तां उत्थे भी असीं इह गल रखीए कि जिहड़ी माँ बोली आ उह पहल दे आधार ते उहनां स्कूलों विच साडे बच्चों नूं बोलण ते कोई जुर्माना ना कीता जावे। इत्थे जिहड़ा तुसीं समान लगाया गा इस दे जरिए मतलब किस तरीके नाल संदेश दे रहे हो, किवें समझाउंदे हो लोकां नूं? इहदे विच अजिहा गा कि जिहड़ी साडी रोजाना वरतों च आउण वाली चीज़ां ने असीं उहनां नूं गुरमुखी दे विच लिआंदा गा। कह लई कि इह चीज़ां पहलां अंग्रेजी दे विच सीगियां, जेकर असीं छोटी उलझन बनाई आ उस विच बच्चे दूरों ऊड़ाड़ा लिआउंदे आ तो उह लिआ के विच रख दिंदे आ, तो उहदे असीं कि भी खेड खेड च पंजाबी किवें सिखी असीं इह कोशिश कीती आ, ते इह पहलां चीज़ां अंग्रेजी दे विच ने ते कोई पहलकदमी कर ही नहीं रिहा सीगा। असीं इह चीज़ां नूं साडे जिहड़े सिक्ख्या मंत्री ने उहनां तक भी पहुँचाया गा
तो इतों तक मुख्यमंत्री तक भी यह सारिया चीज़ा मैं जिन्हें भी बनाई ने उन्होंने तक पहुँचाई हैं कि जोड़े सरकारी स्कूल ने जोड़े निजी स्कूल ने उन्होंने कोई बड़ी गिनती में यह चीज़ा पहुँच सकन तो साड़ी जी रोजाना वरतू जेकर देखने भी सानू पंजाबी दिखेगी तो बच्चे पंजाबी सीखेंगे। रोजाना बच्चे हथ ने चार घंटे हिंदी के कार्टून देखता तो हिंदी के शब्द सीखते हैं तो जेकर यही चीज़ें पंजाबी होगी साढ़े घर पंजाबी का अखबार आऊगा पंजाबी दी तस्वीरां देखने मिलेंगे पंजाबी की फट्टी होगी तो माहौल भी पंजाबी का बनेगा। किदां दा रिस्पोंस मिले सवेर तो लगे हो तो किदां दा रिस्पोंस लगे लोगों का साढ़े इतने कह लिए कि मानसा का बहुत ठेठ है पंजाबी दे विच इत्थे साडे बहुत हुंगारा दिंदे आ तो असी कहने कि अजिहे उपराले लुधियाने दे विच चंडीगढ़ दे विच जां अमृतसर दे विच भी अज वड्डी गिणती च होने चाहीदे आ तो यह अज दे दिन लई नहीं पूरा साल होने चाहिए है। असी मां बोली का दिहाड़ा एक दिन लई नहीं सानू तां आने वाले पांच साल साल कह लिए प्रचार करना पवेगा। अच्छा साढ़े नालों लोग भी ने जिहड़े इत्थे पहुँच के देखते हैं पंजाबी मां बोली दीआं प्रदर्शनियां जिहड़ा प्रचार हो रहा की नाम है? माय नेम इज पुष्कर कुमार। मेरा नाम पुष्कर कुमार है। तो सवाल यही है भी आ देखे है तो कुछ लगता भी कि आप कमजोर हाँ? जी हाँ जी सब लगता भी आपां स्कूलों भी अज तक यही सिखाया जाता भी इंग्लिश बोल दो अंग्रेजी पर जो पंजाबी है लोग बोल तो लेंगे पर समझ नहीं रहे। अज कुछ सीखने को मिलेगा कि लगता सरकार को की कहना चाहोगे किस तरीके लागू की जा सकती है? सरकार मेरी यही अपील है कि सरकार करना चाहिए स्कूलों में भी पंजाबी पढ़ाई तो आएँगे पर बस एक सब्जेक्ट तौर पर पढ़ाई जाए पर कुछ सिखाया नहीं जाता उन्होंने। तो बिल्कुल तेजिंदर सिंह खालसा अपने वालों पहल करते हैं तो पंजाब सरकार भी लगातार पहल कर रही है पंजाबी माँ बोली पंजाब दे विच लागू करवाने लैके प्रदर्शनी है प्रचार है पंजाबी माँ बोली का। सब तो बला बड़ा जिहड़ा चिंता का विषय यह है भी पंजाब दे विच ही पंजाबी का प्रचार करना पै रहा जिवें तेजिंदर ने दस्सिया भी विदेशों के जाके प्रचार करना चाहिए सी पर मजबूरी तो बदकिस्मती यह है भी पंजाब दे विच पंजाबी का प्रचार है पंजाबी माँ बोली का प्रचार करना पै रहा है तो सरकार नहीं समाज में भी सुधरना पेगा संजा समाज के कुछ सोधा करने की लड़ है जिते बोर्ड जोड़े दुकानों के उपर लगे ने उन्होंने पंजाबी दे विच करन दी लोड़ है तो लोगों को पंजाबी समझाने की लड़ है भी पंजाबी साढ़े लिए कितनी ज़्यादा जरूरी है। कैमरामैन मनीष के नाल परमदीप राणा जगवाणी टीवी मानसा।